ਜਾਂ ਦਿਲ ਹੋ ਆਖਿਰ ਟੁੱਟ ਜਾਤਾ ਹੈ। ਲਬ ਤੱਕ ਆਤੇ ਆਤੇ ਹਾਥੋਂ ਸੇ ਸਾਗਰ ਛੂਟ ਜਾਤਾ ਹੈ, ਛੂਟ ਜਾਤਾ ਹੈ, ਛੂਟ ਹੋ ਜਾਂ ਦਿਲ ਹੋ ਆਖਿਰ ਟੁੱਟ ਜਾਤਾ ਹੈ। ਜੀ ਖਵਾਤੀਨੋ ਹਜ਼ਰਾਤ, ਮੈਂ ਹੂੰ ਤਾਹਿਰ ਸਰ ਮੀਰ ਔਰ ਆਪ ਦੇਖ ਗਏ ਮੀਰ ਟਾਕੀ। ਆਪ ਸੋਚ ਰਹੇ ਹੋਗੇ ਕਿ ਇਸ ਵੈਟਰਨ ਜਰਨਲਿਸਟ ਮੇ ਏਕਦਮ ਸੇ ਲਤਾ ਮੰਗੇਸ਼ਕਰ ਔਰ ਰੀਨਾ ਰਾਏ ਕਹਾਂ ਸੇ ਔਦ ਕਰ। ਮੇਰੀ ਗਾੜੀ, ਮੇਰੇ ਇਸਤੇਮਾਲ ਮੇ ਦੋ ਗਾੜੀਆਂ, ਇੱਕ ਛੋਟੀ ਗਾੜੀ ਕੀ ਵਿੰਡ ਸਕਰੀਨ ਜੋ ਹੈ ਉਹ ਟੂਟ ਗਈ, ਔਰ ਵੋ ਹੋਤਾ ਯੇ ਹੈ ਕਿ ਗਰਮੀਓ ਮੇ ਯੇ ਧੂਪ ਮੇ ਖੜੀ ਹੋਤੀ ਹੈ ਬਾਜ਼ੂਕਾਤ, ਔਰ ਇਸ ਪੇ ਵੋ ਆ ਜਾਤੀ ਹੈ, ਟੁੱਟ ਜਾਤੀ ਹੈ, ਤਰੇੜ ਆ ਜਾਤੀ ਹੈ। ਤੋ ਮਾਰਕੀਟ ਸੇ ਪਤਾ ਕੀ ਹੈ ਤੋ ਵੋ 22,000 ਰੁਪਏ ਕੀ ਦੀ ਜਾ ਰਹੀ ਥੀ। ਅੱਛਾ 22,000 ਮੇ ਖਰੀਦਨੇ ਕਾ ਕੋਈ ਵੋ ਯੇ ਨਹੀਂ ਹੈ ਕਿ ਉਸਕੇ ਲੀਏ ਕਮੇਟੀ ਡਾਲਨੀ ਪੜਤੀ ਹੈ। 22,000 ਰੁਪਇਆ ਇਨਸਾਨ ਕੌੜਾ ਕੁੱਟ ਕਰ ਲੈਂਦਾ ਹੈ, ਲੇਕਿਨ ਪਾਕਿਸਤਾਨ ਮੇ ਮਸਲਾ ਕਿਆ ਹੈ ਕਿ ਓਰਿਜਨਲ ਚੀਜ਼ ਆਪਕੋ ਨਹੀਂ ਮਿਲਤੀ, ਕਸਮੀਆ ਤੌਰ ਪਰ ਯਾਨੀ ਆਪਕੋ ਗੰਢਾ ਓਰਿਜਨਲ ਨਹੀਂ ਮਿਲਤਾ, ਆਪਕੋ ਥੂਮ ਓਰਿਜਨਲ ਨਹੀਂ ਮਿਲਤਾ, ਆਪਕੋ ਸ਼ਹਿਦ, ਸ਼ਹਿਦ ਛੋਟੀ ਮੱਖੀ ਦਾ ਸ਼ਹਿਦ ਉਹ ਨਹੀਂ ਮਿਲਦਾ, ਉਹਦੇ 'ਚ ਪਤਾ ਨਹੀਂ ਕੀ ਹਰਾਮ ਤੁਗੀਆਂ ਕੀਤੀਆਂ ਜਾਂਦੀਆਂ। ਤੋ ਮੈਨੇ ਸੋਚਿਆ ਕਿ ਯੇ ਮਾਸਟਰ ਅਬਦੁੱਲਾ, ਮੇਰੇ ਬਜ਼ੁਰਗ ਵੀ ਔਰ ਮੇਰੇ ਦੋਸਤ ਵੀ, ਮਾਸਟਰ ਅਬਦੁੱਲਾ ਕੇ ਮਹੱਲੇ ਮਜ਼ੰਗ ਸੇ ਔਰ ਤਾਫੋ ਸਾਹਿਬ ਕੇ ਮਹੱਲੇ ਮਜ਼ੰਗ ਸੇ, ਵੋ ਜਹਾਂ ਅਖਤਰ ਮੱਛੀ ਫਰੋਸ਼ ਵੀ ਹੈ ਵਹਾਂ ਜਾਇਆ ਜਾਏ ਔਰ ਵਹਾਂ ਸੇ ਇਸ ਵਿੰਡ ਸਕਰੀਨ ਕੋ ਟੀਕਾ ਟੀਕਾ ਹੈ ਨੀ ਜੈਸੇ ਜੇ ਹੋਤਾ ਨਾ ਕਿ ਜੀ ਕਲੰਕਾ ਟੀਕਾ ਹੋਤਾ ਹੈ, ਤੋ ਇੱਕ ਹੋਤਾ ਹੈ ਵਿੰਡ ਸਕਰੀਨ ਪਰ ਟੀਕਾ, ਵੋ ਲਗਵਾਤੇ ਹੈ ਔਰ ਵੋ ਦੇਖਤੇ ਹੈ ਕਿ ਯੇ ਟੈਕਨੀਕਲੀ ਯੇ ਟੈਕਨੀਕਲ ਕਾਮ ਕਿਸ ਤਰ੍ਹਾਂ ਸੇ ਹੋ ਪਤਾ। ਆਈਏ ਮੇਰੇ ਸਾਥ। ਕੇ
ਜਦੋਂ ਮਹਿਫਲ ਚ ਆਉਂਦਾ ਏ ਦਿਲ ਲੁੱਟ ਲੈਂਦਾ ਢੋਲਾ ਸਮੇਂ ਜਦੋਂ ਪਾਉਂਦਾ ਏ ਸੁੱਟ ਪਾ ਕੇ ਜਦੋਂ ਮਹਿਫਲ ਚ ਆਉਂਦਾ ਏ ਦਿਲ ਲੁੱਟ ਲੈਂਦਾ ਢੋਲਾ ਸਮੇਂ ਜਦੋਂ ਪਾਉਂਦਾ ਏ ਜਗ ਉੱਤੇ ਕੋਈ ਤੇਰੇ ਅੰਗ ਦਾ ਨਹੀਂ ਸਾਡਾ ਸਾ ਢੋਲਾ ਸੌਂਦਾ ਏ 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 ਅੱਖੀਆਂ ਦਾ ਮਾਰ ਭਲਾ ਤੇਰੀ ਅੱਖੀਆਂ ਦਾ ਮਾਰ ਅੱਖੀਆਂ ਦਾ ਮਾਰ ਭਲਾ ਤੇਰੀ ਅੱਖੀਆਂ ਦਾ ਮਾਰ ਲੁੱਟਿਆ ਕਰਾ ਅੱਖੀਆਂ ਦਾ ਮਾਰ ਭਲਾ ਤੇਰੀ ਅੱਖੀਆਂ ਦਾ ਮਾਰ ਅੱਖੀਆਂ ਦਾ ਮਾਰ ਭਲਾ ਤੇਰੀ ਅੱਖੀਆਂ ਦਾ ਮਾਰ ਪੰਜਾਬ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਹ ਵਿੰਡ ਸਕਰੀਨ ਦੀ ਮੁਰੰਮਤ ਦਾ ਕੰਮ ਕਰਨ ਦਾ ਔਰ ਪਾਲਿਸ਼ ਕਰਨ ਦਾ? 25-30 ਸਾਲ ਹੋ ਗਏ ਉਹਨਾਂ ਨੇ ਸਰ ਜੀ, ਮੇਰੇ ਹਾਲ ਮੈਂ ਐਫਏ ਕੀਤਾ ਤੇ ਐਫਏ ਦੇ ਬਾਅਦ ਮੈਂ ਇੱਥੇ ਬਸ ਇਹੀ ਕੰਮ ਕੀਤਾ ਉਸ ਤੋਂ ਬਾਅਦ। ਅੱਛਾ, ਇਹ ਦੱਸੋ ਕਾਲਜ ਦੇ ਵਿੱਚ ਇਹ ਦੱਸੋ ਕਿ ਵਿੰਡ ਸਕਰੀਨ ਮਤਲਬ ਹੈ ਜਿਹੜੀ ਤੁਸੀਂ ਮੇਰੀ ਮੁਰੰਮਤ ਕੀਤੀ ਮੇਰੀ ਗਾੜੀ ਦੀ? ਜੀ ਜੀ। ਇਹਦੀ ਮੇਰੇ ਖਿਆਲ ਮਾਰਕੀਟ ਕੀਮਤ 18,000 ਤੇ 22,000। ਜੀ ਜੀ ਸਰ ਜੀ। ਫਿਰ ਇਹ ਕਿਉਂਕਿ ਆਟੋਮੈਟਿਕ ਇਹਦੇ ਨਾਲ ਸੈਂਸਰ ਵੀ ਇਨਵੋਲਵ ਹੁੰਦਾ? ਇਹ ਮਹਿੰਗੀ ਹੈ ਸਰ ਜੀ ਜਿਹੜੀ ਲੱਗੀ, ਕਿਉਂਕਿ ਉਹ ਜੈਨੂਅਨ ਲੱਗੀ ਹੈ ਨਾ, ਉਹ ਦੇਸੀ ਨਹੀਂ ਲੱਗਿਆ। ਹੁਣ ਜਿਹੜਾ ਤੁਸੀਂ ਲਗਵਾਉਣ ਜਾਓਗੇ ਤੁਹਾਨੂੰ 12,000 ਦਾ ਵੀ 10,000 ਦਾ ਵੀ ਮਿਲ ਜਾਏਗਾ ਸ਼ੀਸ਼ਾ, ਮਗਰ ਉਹ ਇਹ ਚੀਜ਼ ਨਹੀਂ ਹੋਏਗੀ। ਇਹ ਜਿਹੜੇ ਸਿਸਟਮ ਨਾਲ ਇਹਦੇ ਲੱਗੇ ਨੇ ਸ਼ੀਸ਼ੇ। ਬਿਲਕੁਲ ਸਹੀ ਹੈ। ਅਤੇ ਇਹ ਦੱਸੋ ਕਿ ਤੁਸੀਂ ਇਹ ਕੰਮ ਕਿਹਦੇ ਕੋਲੋਂ ਸਿੱਖਿਆ ਸੀ? ਮੇਰੇ ਉਸਤਾਦ ਹੈਗੇ ਨਾ, ਉਹ ਉੱਥੇ ਮੁਲਤਾਨ ਦਾ ਹੈਗਾ ਅਤੇ ਉਹ ਉੱਥੇ ਡਿਫੈਂਸ ਕੰਮ ਕਰਦੇ ਸਨ, ਡਿਫੈਂਸ ਮੋਡ ਦੇ ਉੱਤੇ ਸੀ। ਮੁਲਤਾਨ ਦੇ ਤੇ? ਮੁਲਤਾਨ ਦਾ ਸੀ ਤੇ ਲੇਕਿਨ ਕੰਮ ਇੱਥੇ ਕਰਦਾ ਸੀ, ਹੁਣ ਉੱਥੇ ਚੱਲ ਵਾਪਸ ਚਲਾ ਗਿਆ। ਮੁਲਤਾਨ ਦੀ ਤੇ ਐਕਟ੍ਰੈਸਿਸ ਵੀ ਬੜੀਆਂ ਮਸ਼ਹੂਰ ਹਨ। ਹਾਂਜੀ, ਮੁਲਤਾਨ ਗੋਰੀ ਅੰਜਮਨ ਹੈ ਜੀ, ਖਾਲਦ ਬੱਟ ਸਾਹਿਬ ਮੁਲਤਾਨ ਤੋਂ, ਜ਼ਾਹਿਦ ਸਲੀਮ ਮੁਲਤਾਨ ਤੋਂ, ਹੋਰ ਵੀ। ਤੇ ਤੁਸੀਂ ਵੀ ਮੁਲਤਾਨ ਤੋਂ? ਨਹੀਂ ਸਰ ਜੀ, ਅਸੀਂ ਇੱਥੇ ਗਵਾਲ ਮੰਡੀ ਦੇ ਰਹਿਣ ਵਾਲੇ, ਲੋਅਰ ਹੋਟਲ ਦੇ ਕੋਲ। ਅੱਛਾ, ਠੀਕ ਹੋ ਗਿਆ। ਤੇ ਇੱਥੇ ਇਹ ਜਿਹੜਾ ਇਲਾਕਾ, ਇਹ ਇਲਾਕੇ ਦਾ ਕੀ ਨਾਂ ਹੈ? ਮਜ਼ੰਗ ਚੁੰਗੀ ਸਰ ਜੀ। ਮਜ਼ੰਗ ਚੁੰਗੀ। ਮਜ਼ੰਗ ਦੇ ਫਨਕਾਰ ਵੀ ਬੜੇ ਮਸ਼ਹੂਰ ਨੇ, ਮਾਸਟਰ ਅਬਦੁੱਲਾ ਇੱਥੋਂ ਦੇ ਸਨ, ਤਾਫੋ ਬਰਾਦਰੀ ਫੈਮਿਲੀ ਸਾਰੀ ਨੇ ਜਿਹੜੇ ਹਾਂਜੀ ਸਾਰੇ ਇੱਥੋਂ ਦੇ। ਉਹਨਾਂ ਦੇ ਘਰ ਕਿਹੜੇ ਪਾਸੇ ਨੇ? ਨਹੀਂ ਮੈਂ ਇੱਥੇ ਜ਼ਿਆਦਾ ਨਹੀਂ, ਮੇਰਾ ਤਾਂ ਗਵਾਲ ਮੰਡੀ ਦਾ ਹੀ ਘਰ ਹੈਗਾ, ਘਰ ਮੇਰਾ ਉੱਥੇ ਹੀ ਹੈ, ਕੰਮ ਮੈਂ ਇੱਥੇ ਕਰਨਾ। ਗਵਾਲ ਮੰਡੀ ਵੀ ਤੇ ਬੜੀ ਵੱਡੀ ਮੰਡੀ ਹੈ। ਹਾਂ, ਉੱਥੇ ਮੈਂ ਯੂਨਸ ਮਲਕ ਦੇ ਘਰ ਨੂੰ ਹੀ ਜਾਣਨਾ ਤੇ ਰਿਆਜ਼ ਗੁਜਰ ਦੇ ਵੀ ਘਰ ਨੂੰ, ਕਿਉਂਕਿ ਉਹ ਵੀ ਸਾਰੇ ਪ੍ਰੋਡਿਊਸਰ ਹੋਏ ਨੇ ਉੱਥੋਂ ਦੇ। ਤੇ ਨਵਾਜ਼ ਸ਼ਰੀਫ ਸਾਹਿਬ ਵੀ ਕਾਲਜ ਸਰ ਜੀ, ਉਹ ਕੋਲ ਹੀ ਸਾਡੇ ਘਰ ਹੀ, ਪਰ ਪਰਲੇ ਪਾਸੇ ਉਹਨਾਂ ਦੀ ਰਾਮ ਗਲੀ ਚ ਜਿੱਥੇ ਉਹ ਰਹਿੰਦੇ ਸਨ ਨਵਾਜ਼ ਸ਼ਰੀਫ। ਰਾਮ ਗਲੀ ਚ ਤੇ ਪ੍ਰੇਮ ਚੋਪੜਾ ਵੀ ਸਨ, ਉੱਥੇ ਚਲੇ ਗਏ, ਇੰਡੀਆ ਚਲੇ ਗਏ। ਹਾਂਜੀ, ਲੇਕਿਨ ਉਹਨਾਂ ਦਾ ਨਹੀਂ ਮੈਨੂੰ ਪਤਾ। ਅੱਛਾ, ਉਹ ਇਹ ਸਾਰੇ ਰੇਪ ਜਿਹੜੇ ਫਿਲਮੀ ਰੇਪ ਕੀਤੇ ਉਹਨਾਂ ਨੇ ਬਾਅਦ ਚੋਂ ਕੀਤੇ ਨੇ ਤੁਹਾਡੇ ਤੋਂ? ਹਾਂ ਉਹ ਮੇਰੇ ਲੰਮੀ ਚੀ ਉਹ ਵਾਲੇ ਮੇਰੇ, ਔਰ ਮੀਆਂ ਸਾਹਿਬ ਤੇ ਮੇਰੇ ਕੋਲ ਹੀ ਸਾਰੀ ਰਿਹਾਇਸ਼ ਹੈਗੀ ਵੀ, ਉਹਨਾਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਨੇ। ਤੇ ਮੀਆਂ ਸਾਹਿਬ ਦੀਆਂ ਵੀ ਸਕਰੀਨਾਂ ਤੁਸੀਂ ਮੁਰੰਮਤ ਕੀਤੀ? ਉਹ ਬੜੀਆਂ, ਮੇਰੇ MP MNA ਮੇਰੇ ਬੜੇ ਗਾਹਕ ਨੇ ਉਹਨਾਂ ਦੇ। ਅੱਛਾ ਹਾਂਜੀ, ਅੱਛਾ ਅੱਛਾ। ਨਹੀਂ ਉਹ ਤੇ ਉਹ ਫਿਰ ਉਹ ਆਪ ਤੇ ਨਹੀਂ ਨਾ ਆਉਂਦੇ, ਉਹ ਟੈਲੀਫੋਨ ਕਰਕੇ ਨਾ ਡਰਾਈਵਰ ਨੂੰ ਨਾਲ ਭੇਜਦੇ ਨੇ। ਦੁਨੀਆਂ ਨੂੰ ਪਤਾ ਚੱਲਦਾ ਕਿ ਲੈ ਵੀ ਕਿਸੇ MPA ਦੀ, ਮੁਸਲਿਮ ਲੀਗ ਵਾਲੇ MPA ਦੀ, MNA ਦੀ ਗੱਡੀ ਆਈ। ਤੇ ਮੁਸਲਿਮ ਲੀਗ ਦੀ ਵੀ ਕਰਦੇ ਔਰ PTIL ਵੀ ਤੁਹਾਡੇ ਕੋਲ ਆਉਂਦਾ? ਜ਼ਾਹਰ ਮੇਰੀ ਤੇ ਦੁਕਾਨਦਾਰੀ ਹੈ ਨਾ ਸਰ ਜੀ, ਮੇਰੇ ਕੋਲ ਤੇ, ਮੈਨੂੰ ਤੇ ਸਾਰੇ ਅਜ਼ੀਜ਼ ਨੇ, ਕੀ ਹਾਲ ਹੈ ਤੇ ਸਾਰੇ ਸੀ ਇਨਸਾਨ। ਅੱਛਾ, ਮੈਨੂੰ ਇਹ ਦੱਸੋ ਕੋਈ ਕੋਈ ਨਜ਼ਰੀਆ ਹੁੰਦਾ ਇਨਸਾਨ ਦਾ PTI ਤੇ ਮੁਸਲਿਮ? ਮੈਨੂੰ ਇਹ ਦੱਸੋ ਕਿ ਤੁਸੀਂ ਆਪਣਾ ਜਿਹੜੀ ਸਕਰੀਨ ਮੁਰੰਮਤ ਕਰਦੇ ਹੋ
ਨਰਮ ਸ਼ੀਸ਼ਾ ਫਲੈਕਸੀਬਲ ਸ਼ੀਸ਼ਾ ਹੁੰਦਾ, ਹਾਰਡ ਸ਼ੀਸ਼ਾ ਨਹੀਂ ਹੁੰਦਾ ਤੁਹਾਡੀ ਜਿਹੜੀ ਸਕਰੀਨ। ਜਿਸ ਵੇਲੇ ਮੈਂ ਅੰਦਰੋਂ ਦਬਾ ਰਿਹਾ ਸਾਨੂੰ ਤੇ ਆਹ ਦੇਖੋ ਇਹ ਲਾਈਨ ਖੁੱਲਦੀ ਪਈ ਸੀ, ਇਹ ਦੇਖਦੇ ਪਏ ਲਾਈਨ ਬਣੀ ਹੈ, ਇਹ ਲਾਈਨ ਖੁੱਲਦੀ ਪਈ, ਇਹ ਲਾਈਨ ਹੀ ਸਮਝ ਲਓ ਨਾ, ਤੇ ਇਹ ਮੈਂ ਦਬਾ ਰਿਹਾ ਸਾ ਨਾ ਤੇ ਇਹ ਖੁੱਲਦੀ ਪਈ ਸੀ, ਉਹ ਜਿਹੜੇ ਖੋਲਣਾ ਸਾ ਨਾ ਤੇ ਉਹ ਫਿਰ ਉੱਤੋਂ ਫਿਰ ਸਰਿੰਜ ਨਾਲ ਫਿਲ ਕਰੀ ਜਾਂਦਾ ਸੀ, ਉਹ ਮੁੜ ਕੇ ਹੁਣ ਹੈਗਾ ਕਿ ਉਹ ਜੁੜ ਜਾਏਗਾ ਆਪਸ ਵਿੱਚ, ਉਹ ਆਪਣੀ ਜਗ੍ਹਾ ਤੋਂ ਨਹੀਂ ਹਿੱਲੇਗਾ ਅੱਲਾਹ ਤਾਲਾ ਦੀ ਮਿਹਰਬਾਨੀ ਦੇ ਨਾਲ। ਬਿਲਕੁਲ ਬਿਲਕੁਲ ਠੀਕ ਹੈ, ਇਸ ਤਰ੍ਹਾਂ ਸ਼ੀਸ਼ੇ ਦਾ ਹੀ ਬਣਿਆ ਹੁੰਦਾ ਰੇਜ਼ਰ, ਇਸ ਤਰ੍ਹਾਂ ਤੁਸੀਂ ਮੇਰੇ ਤੁਸੀਂ ਲੈ ਰਹੇ ਹੋ ਮੇਰੇ ਕੋਲੋਂ 1200 ਰੁਪਇਆ ਜੀ ਜੀ, ਤੇ ਮੇਰਾ ਤੁਸੀਂ ਬਚਾ ਰਹੇ ਹੋ ਕੋਈ 20,500 ਰੁਪਇਆ। ਹਾਂ ਜ਼ਾਹਰ ਹੈ, ਤੇ ਤੁਸੀਂ ਤਾਂ ਬੜੇ ਮਸੀਹਾ ਹੋ। ਨਹੀਂ ਮਸੀਹਾ ਮਸੂਹਾ ਨਹੀਂ ਸਰ ਜੀ, ਅਸੀਂ ਆਤੇ ਆਪਣਾ ਕੰਮ ਕਰਨੇ ਨੇ, ਇੱਕ ਟੈਕਨੀਕਲ ਕੰਮ ਹੈਗਾ, ਉਹ ਅੱਲਾਹ ਤਾਲਾ ਨੇ ਹਰ ਇੱਕ ਨੂੰ ਕੋਈ ਨਾ ਕੋਈ ਸਿਸਟਮ ਦਿੱਤਾ ਹੁੰਦਾ, ਮਸੀਹਾ ਤੇ ਸਿਰਫ ਅੱਲਾਹ ਤਾਲਾ ਦੀ ਜ਼ਾਤ ਪਾ ਗਈ, ਅਸੀਂ ਤੁਸੀਂ ਤੇ ਉਹਦੇ ਕੱਟ ਪੁਰਜ਼ੇ ਪੁਤਲੀਆਂ ਲਾ ਲਓ, ਕੱਟ ਪੁਰਜ਼ੇ ਲਾ ਲਓ। ਮਾਸ਼ਾਅੱਲਾ ਮਾਸ਼ਾਅੱਲਾ, ਤੁਹਾਡੇ ਬੜੇ ਅੱਛੇ ਖਿਆਲਾਤ ਨੇ, ਔਰ ਇੱਥੇ ਹੋਰ ਮੱਛੀ ਜ਼ਿਆਦਾ ਵਿਕਦੀ ਹੈ? ਮੱਛੀ ਬਸ਼ੀਰ ਮੱਛੀ ਵਾਲਾ ਉਹ ਸਾਹਮਣੇ, ਮੇਰਾ ਸਵਾਲ ਸੁਣ ਲਓ ਨਾ, ਮੈਂ ਕਿਹਾ ਮੱਛੀ ਜ਼ਿਆਦਾ ਵਿਕਦੀ ਹੈ ਕਿ ਸਕਰੀਨਾਂ ਜ਼ਿਆਦਾ ਮੁਰੰਮਤ ਹੁੰਦੀਆਂ? ਸਾਡੇ ਵੀ ਕੰਮ ਦੀ ਮਾਰਕੀਟ ਇੱਥੋਂ ਲੈ ਕੇ ਉਹਦੇ ਚੁਬੁਰਜੀ ਚੌਕ ਤੀਕਰ 20-30 ਦੁਕਾਨਾਂ ਜੀ। ਮੱਛੀ ਤਾਂ ਜ਼ਿਆਦਾ ਸਰਦੀ ਨੂੰ ਵਿਕਦੀ ਹੈ? ਸਰਦੀ ਹਾਂਜੀ, ਹੁਣ 6 ਮਹੀਨੇ ਬੰਦ ਹੈ ਨਾ, ਉਹ ਦੇਖੋ ਸਾਹਮਣੇ ਦੁਕਾਨਾਂ ਬੰਦ, ਸਕਰੀਨਾਂ ਟੁੱਟਦੀਆਂ ਗਰਮੀ 12-12, ਹਾਂਜੀ ਇਹ ਗਰਮੀ ਦਾ ਸਕਰੀਨ ਜਿਹੜੀ ਹੈ, ਇਹ ਗਰਮੀ ਦਾ ਸੀਜ਼ਨ ਹੈ, ਇਹ ਗਰਮੀ ਨਾਲ ਟੁੱਟੀ ਹੈ ਔਰ ਪਿਛਲੀ ਗਰਮੀਆਂ ਟੁੱਟੀ ਹੈ। ਹਾਂਜੀ ਇਹ ਗਰਮੀ ਦੇ ਕੰਮ ਹੀ ਗਰਮੀ ਦਾ, ਪੂਰੀ ਗੱਡੀ ਦੇ ਵਿੱਚ ਪੈਂਚਰ ਤੀਕਰ ਜਿਹੜਾ ਕੰਮ ਹੈ ਨਾ ਉਹ ਗਰਮੀ ਦਾ ਸੀਜ਼ਨ ਹੈ, ਸਰਦੀਆਂ 'ਚ ਵਿਹਲੇ ਦੇ ਕੰਮ। ਤੇ ਲਿਆਦਾ ਤੁਹਾਡਾ ਪੈਗਾਮ ਜਾਂ ਤੁਹਾਡੀ ਟੈਕਨੀਕ ਹੈ ਵੀ ਜਾਂ ਤੁਹਾਡਾ ਕਹਿਣਾ ਹੈ ਵੀ ਕਿ ਗਰਮੀ ਖਾਵਾਂਗੇ? ਹਾਂਜੀ ਸਰ ਜੀ, ਸਾਡੇ ਮੁੱਲ ਨੁਕਸਾਨ ਹੀ ਹੋਏਗਾ। ਤੇ ਦੂਸਰੀ ਗੱਲ ਹੈ ਕਿ ਅੱਲਾਹ ਤਾਲਾ ਨੇ ਹਰ ਇੱਕ ਦਾ ਇੱਕ ਸਿਸਟਮ ਬਣਾਇਆ, ਉਹ ਗਰਮੀਆਂ ਦਾ ਕਿਸੇ ਦਾ ਸੀ, ਜਾਨਵਰਾਂ ਦੇ ਵਿੱਚ ਵੀ ਹਾਂਜੀ, ਉਹਨਾਂ ਦਾ ਵੀ ਕਦੇ ਸੀਜ਼ਨ ਹੁੰਦਾ ਤੇ ਕਦੇ ਮੰਦਾ ਪੈ ਜਾਂਦਾ, ਕਦੇ ਮੱਛੀਆਂ ਆ ਰਹੀਆਂ ਹੁੰਦੀਆਂ ਨੇ ਤੇ ਕਦੇ ਨਹੀਂ ਆ ਰਹੀਆਂ ਹੁੰਦੀਆਂ ਪਾਣੀ ਦੇ ਵਿੱਚ, ਤੇ ਪਾਣੀ 'ਚ ਕਈ ਸ਼ਿਕਾਰੀ ਜਾਨਵਰ ਵੀ ਹੁੰਦੇ ਨੇ ਤੇ ਇਨਸਾਨ ਵੀ ਹੁੰਦੇ ਨੇ ਬੈਠੇ, ਉਦੋਂ ਉਹਨਾਂ ਦਾ ਸ਼ਿਕਾਰ ਕਰਨ, ਲੇਕਿਨ ਕਿਸੇ ਵਕਤ ਨਹੀਂ ਵੀ ਆਉਂਦੀਆਂ। ਤੇ ਲਿਆਦਾ ਜਿਹੜਾ ਹੈ ਇਹ ਪੈਗਾਮ ਐਵੇਂ ਸਮਰੀ ਇਹ ਹੋਈ ਕਿ ਗਰਮੀ ਦੇ ਨਾਲ ਸਕਰੀਨ ਟੁੱਟੀ ਹੈ, ਹਾਂਜੀ ਹਾਂਜੀ ਗਰਮੀ ਦੀ ਵਜ੍ਹਾ ਨਾਲ, ਤੇ ਗਰਮੀ ਨਾ ਖਾਓ, ਹਾਂਜੀ ਹਾਂਜੀ ਪਿਆਰ ਮੁਹੱਬਤ ਨਾਲ ਕੰਮ ਚਲਾਓ, ਤੇ ਬਿਲਕੁਲ ਠੀਕ ਹੈ, ਮਿਹਰਬਾਨੀ ਸਰ, ਤੁਹਾਡੀ ਮਿਹਰਬਾਨੀ ਸਰ। ਤੇਰੇ ਨਾਮ ਲਾਉਣੀ ਅਸਾਂ।